ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਇੱਕ ਵੀਡੀਓ ਸਾਹਮਣੇ ਆਇਆ ਜਿਸ ਨੂੰ ਵੇਖ ਕੇ ਦਿਲ ਬਹੁਤ ਹੀ ਦੁਖੀ ਹੋਇਆ। ਦਮਦਮੀ ਟਕਸਾਲ, ਉਹ ਟਕਸਾਲ ਜਿਸ ਦੇ ਮੁਖੀ ਕਦੀ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ ਹੋਇਆ ਕਰਦੇ ਸਨ, ਤੇ ਹਰ ਕੋਈ ਦੁਖੀ ਉਹਨਾਂ ਕੋਲ ਆਪਣਾ ਦੁੱਖ ਸਾਂਝਾ ਕਰਨ ਵਾਸਤੇ ਜਾਂਦਾ ਸੀ, ਆਪਣੇ ਦੁੱਖਾਂ ਦੇ ਨਿਵਾਰਨ ਵਾਸਤੇ ਜਾਂਦਾ ਸੀ। ਪਰ ਅੱਜ ਇੱਕ ਸਿੰਘਣੀ ਇਸੇ ਟਕਸਾਲ ਦੇ ਮੁਖੀ ਹਰਨਾਮ ਸਿੰਘ ਧੂਮਾ ਦੇ ਉੱਤੇ ਬਹੁਤ ਬੇਹੂਦਾ ਇਲਜ਼ਾਮ ਲਗਾਉਂਦੀ ਹੋਈ ਨਜ਼ਰ ਆ ਰਹੀ ਹੈ। ਆਖਿਰ ਸਾਡੀ ਕੌਮ ਨੂੰ ਕੀ ਹੋ ਗਿਆ ਹੈ? ਅਸੀਂ ਕਿਉਂ ਆਪਣਾ ਝੱਗਾ ਚੱਕ ਚੱਕ ਕੇ ਆਪਣਾ ਢਿੱਡ ਨੰਗਾ ਕਰ ਕਰਕੇ ਦੁਨੀਆ ਨੂੰ ਦਿਖਾਈ ਜਾਂਦੇ ਹਾਂ? ਜੋ ਕੁਛ ਇਸ ਬੀਬੀ ਨੇ ਕਿਹਾ, ਕਿ ਵਾਕਈ ਹੀ ਇਸ ਬੀਬੀ ਦੇ ਨਾਲ ਅਜਿਹੀਆਂ ਘਟਨਾਵਾਂ ਹੋਈਆਂ ਨੇ? ਕਿ ਵਾਕਈ ਹੀ ਜੋ ਦਰਦ ਇਸ ਦੀ ਜ਼ੁਬਾਨ ਤੋਂ ਬਿਆਨ ਕੀਤਾ ਜਾ ਰਿਹਾ ਹੈ ਉਸ ਦੇ ਵਿੱਚ ਕੁਝ ਸੱਚਾਈ ਹੈ? ਆਓ ਪਹਿਲਾਂ ਤੁਹਾਨੂੰ ਇਹ ਵੀਡੀਓ ਦਿਖਾਉਂਦੇ ਹਾਂ, ਫਿਰ ਤੁਸੀਂ ਵੀ ਦੱਸਣਾ ਕਿ ਤੁਸੀਂ ਇਸ ਬਾਰੇ ਕੀ ਸੋਚਦੇ ਹੋ। ਫੇਸਬੁੱਕ ਤੇ ਬਾਬਾ ਹਰਨਾਮ ਸਿੰਘ ਦੇ ਸਮਰਥਕ ਅਤੇ ਉਹਨਾਂ ਦੇ ਸਾਥੀਆਂ ਨੇ ਗੰਦ ਪਾਇਆ ਹੈ, ਮੈਂ ਉਹਨਾਂ ਨੂੰ ਇੱਕ ਵਾਰਨਿੰਗ ਫੇਰ ਦੇਣਾ ਚਾਹੁੰਦੀ ਹਾਂ। ਤੁਸੀਂ ਆਪਣੀ ਹਰਕਤਾਂ ਤੋਂ ਬਾਜ ਆ ਜਾਓ, ਨੀ ਜਿੰਨਾ ਤੁਹਾਡਾ ਨਟ ਬੋਲਟ ਢਿੱਲਾ ਹੋਇਆ ਪਿਆ ਨਾ, ਇਹਨੂੰ ਕੱਸਣ ਲੱਗਿਆ ਹੁਣ ਬਹੁਤਾ ਸਮਾਂ ਨੀ ਲੱਗਣਾ। ਬਹੁਤਾ ਗੰਦ ਪਾ ਲਿਆ ਜਿੰਨਾ ਤੁਸੀਂ ਪਾਉਣਾ ਸੀਗਾ। ਆਪਣੇ ਆਪ ਨੂੰ ਸਿੱਖ ਖਵਾਉਂਦੇ ਹੋ, ਤੁਸੀਂ ਗੁਰੂ ਨਾਨਕ ਪਾਤਸ਼ਾਹ ਦੇ ਸਿੱਖ ਖਵਾਉਂਦੇ ਹੋ ਆਪਣੇ ਆਪ ਨੂੰ। ਮੈਂ ਬਾਬਾ ਧੂਮੇ ਨੂੰ ਪਹਿਲਾਂ ਵੀ ਬੇਨਤੀ ਕੀਤੀ ਸੀ, ਬਾਬਾ ਜੀ ਕਿ ਤੁਸੀਂ ਇਹੀ ਕੁਝ ਸਿਖਾਉਂਦੇ ਹੋ ਇਹਨਾਂ ਨੂੰ, ਕਿੱਦਾਂ ਮਾਵਾਂ ਭੈਣਾਂ ਦੀਆਂ ਇੱਜ਼ਤਾਂ ਰੋਲੋ ਫੇਸਬੁੱਕ ਤੇ, ਕਿੱਦਾਂ ਧੀਆਂ ਭੈਣਾਂ ਨੂੰ ਬੇਪਤ ਕਰੋ ਬੇਪਰਦ ਕਰੋ। ਤੁਹਾਡੇ ਘਰਾਂ ਅੰਦਰ ਧੀਆਂ ਭੈਣਾਂ ਨਹੀਂ ਹੈਗੀਆਂ? ਜੇ ਹੈਗੀਆਂ ਤਾਂ ਤੁਸੀਂ ਕੀ ਉਹਨਾਂ ਨਾਲ ਇਹੋ ਜਿਹਾ ਸਲੂਕ ਕਰਦੇ ਹੋ? ਡੁੱਬ ਕੇ ਮਰ ਜਾਓ ਤੁਸੀਂ ਲੋਕ, ਕਿਹੜਾ ਤੁਸੀਂ ਗੰਦ ਪਾਇਆ ਕੌਮ ਦੇ ਅੰਦਰ, ਕੌਮ ਨੂੰ ਵੇਚ ਕੇ ਖਾ ਲਿਆ ਤੁਸੀਂ। ਜਵਾਬ ਨੀ ਤੁਹਾਡੇ ਕੋਲ ਕੋਈ ਹੁੰਦਾ ਤੇ ਤੁਸੀਂ ਹੁਣ ਆਪਸ ਦੇ ਵਿੱਚ ਲੜਾਉਣ ਵਾਸਤੇ ਜਿਹੜੀਆਂ ਕੁਛ ਜੀਆਂ ਚਾਲਾਂ ਚੱਲ ਰਹੇ ਹੋ, ਮੈਂ ਸਾਨੂੰ ਮੇਰੀ ਇੱਕ ਇੱਕ ਤੇ ਨਜ਼ਰ ਹੈ। ਇਹ ਨਾ ਸਮਝੋ ਕਿੱਥੇ ਕਿ ਮੈਂ ਦੇਖ ਨਹੀਂ ਰਹੀ ਤੁਹਾਨੂੰ, ਸਾਰਿਆਂ ਨੂੰ ਤਾੜ ਰਹੀ ਹਾਂ, ਸਾਰਿਆਂ ਨੂੰ ਦੇਖ ਰਹੀ ਹਾਂ, ਸਾਰੇ ਮੇਰੀ ਨਜ਼ਰਾਂ ਦੇ ਥੱਲੇ ਨੇ। ਪਰ ਤੁਹਾਨੂੰ ਲੋਕਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ। ਮੈਂ ਹਰਸਿਮਰਤ ਕੌਰ ਬਾਦਲ ਨੂੰ ਬੇਨਤੀ ਕਰਨਾ ਚਾਹਾਂਗੀ, ਹਰਸਿਮਰਤ ਜੀ ਮੇਰੀ ਇੱਜ਼ਤ ਤੇ ਹੱਥ ਪਾਇਆ ਗਿਆ, ਮੇਰੀ ਇੱਜ਼ਤ ਤੋਂ ਤਾਰੋ ਤਾਰ ਕੀਤਾ ਗਿਆ ਕਿ ਮੈਂ ਕਿਸੇ ਧੀ ਭੈਣ ਕਿਸੇ ਪੇ ਦੀ ਧੀ ਨਹੀਂ, ਮੈਂ ਕਿਸੇ ਮਾਂ ਦੀ ਧੀ ਨੀ। ਉਦੋਂ ਤੁਸੀਂ ਨਾਰੇ ਲਾਉਂਦੇ ਹੋ ਵੀ ਨੰਨੀ ਛਾਂ ਨੰਨੀ ਛਾਂ, ਹੁਣ ਜਦ ਕਿਸੇ ਧੀ ਤੇ ਧੀ ਨੂੰ ਇਹੋ ਜਿਹੀਆਂ ਗਾਲਾਂ ਪਈਆਂ ਹਨ ਤੇ ਤੁਸੀਂ ਹੁਣ ਕਿੱਥੇ ਹੋ? ਹੁਣ ਕਿਉਂ ਨੀ ਕੋਈ ਬੋਲਦਾ? ਮਾਨ ਸਾਹਿਬ ਤੁਸੀਂ ਦੱਸੋ, ਮੈਂ ਕਿਸੇ ਦੀ ਧੀ ਭੈਣ ਨੀ ਹੈਗੀ? ਮਾਨ ਸਾਹਿਬ ਕਦੋਂ ਤੁਸੀਂ ਇਹਨਾਂ ਲੋਕਾਂ ਨੂੰ, ਦੋਸ਼ੀਆਂ ਨੂੰ ਫੜ ਕੇ ਜਿਹੜੀ ਸੋਸ਼ਲ ਮੀਡੀਆ ਤੇ ਇਹੋ ਜਿਹੀ ਖਾਨਾ ਜੰਗੀ ਕਰਾਉਣ ਦੇ, ਆਪਸ ਦੇ ਵਿੱਚ ਭਰਾ ਮਾਰੂ ਜੰਗ ਕਰਾਉਣ ਦੇ ਤੁਲੇ ਹੋਏ ਨੇ, ਕਦੋਂ ਤੁਸੀਂ ਇਹੋ ਜਿਹੇ ਲੋਕਾਂ ਨੂੰ ਫੜਨਾ ਹੋਣਾ? ਹਜ਼ਾਰਾਂ ਵਾਰ ਤੁਹਾਨੂੰ ਬੇਨਤੀ ਕੀਤੀ ਹੈ, ਜੇ ਕੋਈ ਵਿਚਾਰਕ ਮਤ ਭੇਦ ਨੇ ਤਾਂ ਤੁਸੀਂ ਬਹਿ ਕੇ ਵਿਚਾਰ ਕਰੋ। ਆਹ ਕੀ ਮਤਲਬ ਹੋਇਆ ਕਿਸੇ ਦੀ ਧੀ ਭੈਣ ਦੀ ਇੱਜ਼ਤ ਦੇ ਹੱਥ ਪਾਉਣਾ, ਐਡੀ ਘਟੀਆ ਗੰਦੀ ਬਕਵਾਸ ਕਰਨੀ, ਇਹ ਕੁਝ ਤੁਹਾਨੂੰ ਸਿੱਖਣ ਨੂੰ ਮਿਲਦਾ ਜਿੱਥੋਂ ਤੁਸੀਂ ਪੜ੍ਹ ਕੇ ਨਿਕਲਦੇ ਹੋ? ਮੈਂ ਕੈਪਟਨ ਅਰਮਿੰਦਰ ਸਾਹਿਬ ਨੂੰ ਬੇਨਤੀ ਕਰਨਾ ਚਾਹਾਂਗੀ, ਕੈਪਟਨ ਜੀ ਕਿਸੇ ਦੀ ਧੀ ਭੈਣ ਤੇ ਹਮਲਾ ਕਰਨਾ, ਨਿੱਜੀ ਵਾਰ ਕਰਨਾ, ਇਹ ਕਾਨੂੰਨੀ ਜੁਰਮ ਵੀ ਹੈ। ਮੈਂ ਤੁਹਾਨੂੰ ਬੇਨਤੀ ਕਰਨਾ ਚਾਹਾਂਗੀ, ਕਦੋਂ ਤੁਸੀਂ ਇਹਨਾਂ ਦੇ ਖਿਲਾਫ ਐਕਸ਼ਨ ਲਓਗੇ? ਕੀ ਤੁਹਾਡੀ ਸਰਕਾਰ ਸਿਰਫ ਨਿਰਦੋਸ਼ਾਂ ਤੇ ਵਾਰ ਕਰਨ ਤੇ ਐਨਕਾਊਂਟਰ ਕਰਨ ਤੱਕ ਹੀ ਸੀਮਤ ਹੈ? ਮੈਂ ਵੇਖਦੀ ਹਾਂ ਕਿੱਦਾਂ ਇਹ ਬਾਜ ਨਹੀਂ ਆਉਂਦੇ, ਜੜਾਂ ਹਿਲਾ ਕੇ ਰੱਖ ਦਿਆਂਗੇ ਤੁਹਾਡੀਆਂ, ਜਿਹੜੀ ਤੁਸੀਂ ਘਟੀਆ ਬਕਵਾਸ ਮੇਰੇ ਪ੍ਰਤੀ, ਮੇਰੇ ਕੋਲ ਸਾਰੇ ਸਬੂਤ ਮੌਜੂਦ ਨੇ, ਸਾਰੇ A to Z ਲੈ ਕੇ ਜਿੰਨੇ ਵੀ ਸਬੂਤ ਨੇ ਮੇਰੇ ਕੋਲ ਹਜੇ ਤੱਕ ਮੌਜੂਦ ਨੇ, ਜਿਹੜਾ ਤੁਸੀਂ ਬਿਨਾਂ ਮਤਲਬ ਤੋਂ ਨਿਰਦੋਸ਼ ਤੇ ਵਾਰ ਕੀਤਾ, ਨਿਹੱਤੇ ਤੇ ਵਾਰ ਕੀਤਾ, ਮੇਰਾ ਕਸੂਰ ਕੀ ਸੀ? ਤੁਸੀਂ ਆਪਣੇ ਗੁੰਡਾਗਰਦੀ ਹਰ ਕਿੱਥੇ ਚਲਾਓਗੇ? ਠੀਕ ਹੈ, ਤੁਹਾਡੀ ਸਰਕਾਰ ਦੇ ਨਾਲ ਲਿੰਕ ਹੋਣਗੇ, ਇਹਦਾ ਮਤਲਬ ਤੁਸੀਂ
ਆਪਣੀ ਗੁੰਡਾਗਰਦੀ ਕਿੱਥੇ ਵੀ ਚਲਾਓਗੇ? ਮਾਨ ਸਾਹਿਬ, ਮੈਂ ਤੁਹਾਨੂੰ ਹਰ ਕਿੱਥੇ ਦੇਖਦੀ ਹਾਂ, ਤੁਸੀਂ ਧੀਆਂ ਬਚਾਓ ਦੇ ਨਾਰੇ ਲਾਉਂਦੇ ਹੋ। ਹੁਣ ਵੀ ਦੱਸੋ ਕਿ ਮੈਂ ਕਿਸੇ ਦੀ ਧੀ ਭੈਣ ਨੀ, ਹੁਣ ਤੁਸੀਂ ਕਦੋਂ ਇਹਨਾਂ ਖਿਲਾਫ ਐਕਸ਼ਨ ਲੈਣਾ? ਇਹਨਾਂ ਕੱਟਿਆ ਲੋਕਾਂ ਨੂੰ ਮੈਂ ਫੇਰ ਵਾਰਨਿੰਗ ਕਰਨਾ ਚਾਹਾਂਗੀ, ਤੁਸੀਂ ਬਾਜ ਆ ਜਾਓ ਆਪਣੀ ਹਰਕਤਾਂ ਤੋਂ, ਨਹੀਂ ਇਹਦਾ ਨਤੀਜਾ ਬਹੁਤ ਭਿਆਨਕ ਤੇ ਬਹੁਤ ਮਾੜਾ ਹੋਣਾ ਹੈ। ਬਾਜ ਆ ਜਾਓ ਤੁਸੀਂ ਆਪਣੀ ਹਰਕਤਾਂ ਤੋਂ। ਤੇ ਜਿੰਨੀ ਵੀ ਸੰਗਤ ਹੈ ਉਹਨਾਂ ਨੂੰ ਵੀ ਬੇਨਤੀ ਕਰਨੀ ਚਾਹਾਂਗੀ ਵੀ ਇਹਨਾਂ ਲੋਕਾਂ ਨੂੰ ਛਿੱਤਰ ਲਾ ਕੇ ਮਾਰੋ, ਲਾਂਤਾ ਪਾਓ ਇਹੋ ਜਿਹੇ ਲੋਕਾਂ ਨੂੰ ਜਿਹੜੀ ਕਿਸੇ ਦੀ ਧੀ ਭੈਣ ਦੀ ਇੱਜ਼ਤ। ਇਹ ਆਪਣੇ ਆਪ ਨੂੰ ਸਿੱਖ ਅਖਵਾਉਂਦੇ ਨੇ, ਧਰਮੀ ਅਖਵਾਉਂਦੇ ਨੇ, ਕਾਹਦੇ ਧਰਮੀ ਹੋਏ ਇਹ ਲੋਕ? ਇੰਨੀ ਕੁ ਬੇਨਤੀਆਂ ਪ੍ਰਵਾਨ ਕਰਿਓ, ਇਹ ਜਿਹੜਾ ਪੂਲਾ ਪੂਲਾ ਕਰਦੇ ਨੇ, ਮੈਨੂੰ ਇਹ ਦੱਸੋ ਬਾਬਾ ਧੂਮੇ ਦੇ ਬਾਦਲ ਦੇ ਨਾਲ ਕੀ ਲਿੰਕ ਨੇ? ਪੂਲੇ ਦੀ ਜੇ ਇੱਕ ਫੋਟੋ ਤੁਹਾਨੂੰ ਨਜ਼ਰ ਆ ਗਈ, ਬਾਬੇ ਧੂਮੇ ਦੇ ਬਾਦਲ ਦੇ ਨਾਲ ਕੀ ਲਿੰਕ ਨੇ? ਇਸ ਚੀਜ਼ ਦਾ ਵੀ ਜਵਾਬ ਦਿਓ ਜ਼ਰਾ। ਉਸ ਬਾਦਲ ਦੇ ਰਾਜ ਦੇ ਵਿੱਚ, ਉਸ ਸਰਕਾਰ ਦੇ ਰਾਜ ਦੇ ਵਿੱਚ ਜਿੱਥੇ ਅਨੇਕਾਂ ਸਿੱਖਾਂ ਨੂੰ ਸ਼ਹੀਦ ਕੀਤਾ ਗਿਆ, ਐਨਕਾਊਂਟਰ ਕਰਕੇ ਮਾਰਿਆ ਗਿਆ, ਅਨੇਕਾਂ ਸਿੱਖਾਂ ਨੂੰ ਸ਼ਹੀਦ ਕਰ ਦਿੱਤਾ ਗਿਆ, ਉਹਦੇ ਨਾਲ ਤੁਹਾਡੇ ਕੀ ਲਿੰਕ ਨੇ? ਇਸ ਗੱਲ ਦਾ ਜਵਾਬ ਵੀ ਦਿਓ ਜ਼ਰਾ। ਬੰਦਿਆਂ ਦੇ ਸਿੱਖ ਬਣ ਕੇ ਰਹਿ ਗਏ, ਗੁਰੂ ਪਾਤਸ਼ਾਹ ਦੀ ਬੇਅਦਬੀ ਹੁੰਦੀ ਹੋਵੇ ਉੱਥੇ ਤੁਹਾਡੇ ਮੂੰਹਾਂ ਨੂੰ ਚੁੱਪੀ ਵੱਟ ਜਾਂਦੀ ਹੈ, ਚੁੱਪੀ ਚੁੱਪੀ ਵੱਟ ਕੇ ਤੁਸੀਂ ਬਹਿ ਜਾਂਦੇ ਹੋ। ਬੇਸ਼ਰਮੋ, ਸ਼ਰਮ ਕਰੋ, ਅਕਲ ਨੂੰ ਹੱਥ ਮਾਰੋ ਮਾੜਾ ਮੋਟਾ। ਸਿੱਖ ਧਰਮ ਨੂੰ ਬਦਨਾਮ ਕਰਕੇ ਰੱਖ ਦਿੱਤਾ, ਤੁਹਾਡੀ ਵਜ੍ਹਾ ਕਰਕੇ ਅੱਜ ਖਾਣਾ ਜੰਗੀ ਹੋ ਰਹੀ ਹੈ, ਤੁਹਾਡੀ ਵਜ੍ਹਾ ਕਰਕੇ ਅੱਜ ਸਿੱਖ ਸਿੱਖੀ ਤੋਂ ਦੂਰ ਹੋ ਰਹੇ ਨੇ। ਕਹਿੰਦੇ ਇਹੋ ਜਿਹੇ ਸਿੱਖ ਨੇ ਜੇ ਸਾਨੂੰ ਇਹੋ ਜਿਹੀ ਗੱਲਾਂ ਧਰਮ ਦੇ ਵਿੱਚ ਧਾਰਮਿਕ ਬਣ ਕੇ ਸਾਨੂੰ ਇਹੋ ਜਿਹੀ ਗੱਲਾਂ ਪੈਂਦੀਆਂ, ਫਿਰ ਤੇ ਆਪਾਂ ਅਧਾਰਮਿਕ ਠੀਕ ਹਾਂ। ਸ਼ਰਮ ਕਰੋ, ਮਾੜੀ ਮੋਟੀ ਅਕਲ ਨੂੰ ਹੱਥ ਮਾਰੋ, ਬਾਹਰ ਜਾ ਦਿਓ ਤੁਸੀਂ। ਮੈਂ ਤੁਹਾਨੂੰ ਇੰਨੀ ਗੱਲ ਕਹਿਣਾ ਚਾਹੁੰਦੀ ਹਾਂ, ਆਪਣੀ ਹਰਕਤਾਂ ਤੋਂ ਇਹਦਾ ਨਤੀਜਾ ਬਹੁਤ ਮਾੜਾ ਹੋਣਾ। ਮੈਂ ਸੁਪਰੀਮ ਕੋਰਟ ਹਾਈ ਵਾਹਿਗੁਰੂ ਜੀ, ਮੈਂ ਤਾਂ ਸਿਰਫ ਇੱਕੋ ਹੀ ਗੱਲ ਕਹਿਣੀ ਚਾਹਾਂਗਾ, ਧੀਆਂ ਭੈਣਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ। ਇਹ ਕਹਿਣਾ ਬਹੁਤ ਆਸਾਨ ਹੈ, ਪਰ ਅਗਰ ਅਸੀਂ ਕਿਸੇ ਵੱਡੇ ਅਦਾਰੇ ਦੇ ਮੁਖੀ ਹਾਂ ਅਤੇ ਕੋਈ ਭੈਣ ਉੱਠ ਕੇ ਇੱਦਾਂ ਦਾ ਇਲਜ਼ਾਮ ਲਗਾ ਦਿੰਦੀ ਹੈ ਤਾਂ ਉਹ ਪੂਰੇ ਦਾ ਪੂਰਾ ਅਦਾਰਾ, ਖਾਸ ਕਰਕੇ ਉਹ ਅਦਾਰਾ ਜਿਸ ਦੀ ਪਛਾਣ ਸਾਡੇ ਇਤਿਹਾਸ ਨਾਲ ਜੁੜੀ ਹੋਵੇ, ਉਸ ਅਦਾਰੇ ਦੇ ਮੁਖੀ ਨੂੰ 10 ਵਾਰ ਸੋਚਣਾ ਬਣਦਾ ਹੈ ਕਿ ਅਜਿਹਾ ਇਲਜ਼ਾਮ ਉਹਨਾਂ 'ਤੇ ਕਿਉਂ ਲਗਾਇਆ ਜਾ ਰਿਹਾ ਹੈ। ਤੇ ਅਗਰ ਇਹ ਇਲਜ਼ਾਮ ਬੇਬੁਨਿਆਦ ਨੇ ਤਾਂ ਇਸ ਚੀਜ਼ ਦਾ ਸਪਸ਼ਟੀਕਰਨ ਵੀ ਦੇਣਾ ਬਣਦਾ ਹੈ ਕਿ ਆਖਿਰ ਦੁਨੀਆ ਦੇ ਵਿੱਚ ਕੌਮ ਦਾ ਤਮਾਸ਼ਾ ਕਿਉਂ ਬਣਾਇਆ ਜਾ ਰਿਹਾ ਹੈ, ਫਿਰ ਚਾਹੇ ਉਹ ਕਿਸੇ ਭੈਣ ਵੱਲੋਂ ਹੋਵੇ ਜਾਂ ਭਰਾ ਵੱਲੋਂ। ਅਗਰ ਵਿਚਾਰ ਚੰਗੇ ਲੱਗੇ ਹੋਣ, ਲਾਈਕ ਤੇ ਸ਼ੇਅਰ ਜ਼ਰੂਰ ਕਰਨਾ। ਬਾਕੀ ਆਪਣੀਆਂ ਭਾਵਨਾਵਾਂ ਨੀਚੇ ਤੁਸੀਂ ਕਮੈਂਟਸ 'ਚ ਵਿਅਕਤ ਕਰ ਹੀ ਸਕਦੇ ਹੋ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ, ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।